ਇਹ ਪਾਗ ਰੱਖੋ ਪਹਿਲਾਂ ਸਿਰ ਉੱਪਰ, ਬਹਿਓ ਬਹਿਓ ਬਹਿਓ, ਹੱਥ ਰੱਖ। ਇਹ ਅੱਜ ਇੱਕ ਉਸਤਾਦੀ ਸ਼ਗਿਰਦੀ ਦੀ ਰਸਮ ਹੋਣ ਲੱਗੀ ਹੈ। ਇਹ ਸ਼ਮਸ਼ੇਰ ਸਿੰਘ ਬਾਜਵਾ ਜੀ ਉਸਤਾਦ ਨੇ ਸਾਡੇ ਲਾਡੀ ਬਾਈ ਦੇ ਸ਼ਗਿਰਦੀ ਲਾਇਆ ਦੇਣ, ਅਤੇ ਅੱਜ ਇਹਦਾ ਫੰਕਸ਼ਨ ਰੱਖਿਆ ਜਾਣਾ ਉਸਤਾਦੀ ਸ਼ਗਿਰਦੀ ਰਸਮ। ਅਤੇ ਸਾਡੇ ਸੋਹਣੇ ਬਾਈ ਹੋਰ ਆ ਦੇਣ, ਜਵੇਦ ਬਾਈ ਆ ਦੇਣ, ਇਸ ਵਾਰ ਸ਼ਮਸ਼ੇਰ ਸਿੰਘ ਬਾਜਵਾ ਜੀ, ਇਹ ਬਾਕੀ ਯਾਰ ਦੋਸਤ ਲਾਡੀ ਭਾਅ ਜੀ ਨੇ ਮੜ ਬਲਾਕ ਤੋਂ, ਅਨਿਲ ਭਾਅ ਜੀ ਮੜ ਬਲਾਕ ਤੋਂ, ਗੁੱਗੂ ਭਾਅ ਜੀ ਮੜ ਬਲਾਕ ਤੋਂ, ਇਹ ਵਿਨੋਦ ਭਾਈ ਨੇ ਨਵੇਂ ਸ਼ਹਿਰ ਤੋਂ, ਇਹ ਰਕੇਸ਼ ਭਾਈ ਬਿਸ਼ਨਾਲ ਹੈ ਤੁਹਾਡਾ ਨਾਮ, ਬਾਕੀ ਇਹ ਉਸਤਾਦ ਦੇ ਕੰਨਾਂ ਬੰਦੇ ਆ ਰਹੇ ਨੇ। ਇਹ ਉਸਤਾਦੀ ਸ਼ਗਿਰਦੀ ਦੀ ਰਸਮ ਚੱਲਣ ਲੱਗੀ ਹੈ। ਇਹ ਉਸਤਾਦ ਸ਼ਮਸ਼ੇਰ ਸਿੰਘ ਬਾਜਵਾ ਅਤੇ ਆਪਣੇ ਲਾਡੀ ਭਾਈ ਰੰਗਰੂਰ ਕੈਂਪ ਤੋਂ। ਤੂੰ ਪਹਿਲਾਂ ਜਿਹੜਾ ਨਮਕ ਵਾਲੀ ਰਸਮ ਕਰੋ, ਨਮਕ ਰੱਖੇ ਦਾ ਭਾਈ, ਨਮਕ ਖਾਈਏ, ਨਮਕ ਲਾਲੀ ਨਹੀਂ ਕਰਨੀ, ਨਮਕ ਰਾਮੀ ਨਹੀਂ ਕਰਨੀ, ਠੀਕ ਹੈ ਨੀ, ਇਹ ਗੱਲ ਚਲੋ ਕਰਾਓ ਪਹਿਲਾਂ ਜੀ। ਛੱਡੋ ਜੀ, ਇਹ ਸਾਡੀ ਪਾਰਟੀ ਹੈ ਤਾਂ, ਅਤੇ ਜੋ ਮੈਂ ਇਹਨਾਂ ਨੂੰ ਦੱਸਣਾ ਇਹਨਾਂ ਆਪਣੇ ਤੱਕ ਰੱਖਣਾ ਵਾ, ਅਤੇ ਜੋ ਮੇਰਾ ਫਰਜ਼ ਇਹ ਬਣਦਾ ਕਿ ਮੈਂ ਸਭ ਕੁਝ ਇਹਨਾਂ ਦੱਸਣਾ, ਸਭ ਕੁਝ ਸਿਖਾਉਣਾ ਵਾ, ਕੋਈ ਚੀਜ਼ ਲਗਾਉਣੀ ਇਹਨਾਂ ਨੂੰ ਕੁਛ ਨਹੀਂ ਜੀ, ਇਸ ਕਰਕੇ ਇਹ ਨਮਕ ਦੀ ਰਸਮ ਹੁੰਦੀ ਹੈ ਸਾਡੀ। ਠੀਕ ਹੈ, ਇਹ ਪੱਗ ਰੱਖੋ ਪਹਿਲਾਂ ਸਿਰ ਉੱਪਰ, ਬਹਿਓ ਬਹਿਓ ਬਹਿਓ, ਹੱਥ ਰੱਖ। ਛੱਡ ਦਿਓ, ਬੈਠਿਓ ਕਰਨੇ, ਹੁਣ ਮਿੱਠਾ ਮੂੰਹ ਕਰਾਓ ਇੱਕ ਦੂਜੇ ਪਹਿਲਾਂ। ਤਾੜੀਆਂ ਭਾਈ, ਇਹ ਅੱਜ ਸ਼ਗਿਰਦ ਪਈ ਹੈ। ਠੀਕ ਹੈ ਜੀ, ਮੁਬਾਰਕਾਂ ਭਾਈ ਦੋਨੇ ਕੀ ਉਸਤਾਦ ਹੋ ਰਹੇ ਵੀ, ਅਤੇ ਲਾਡੀ ਭਾਈ ਕੀ, ਠੀਕ ਹੈ ਨਾ, ਬਿਲਕੁਲ ਬਿਲਕੁਲ। ਇਹ ਸਮਾਨ ਦੇਣ ਲੱਗੇ ਸਾਡੇ ਖਲੀਫਾ ਭਾਈ ਨੇ, ਜਵੇਦ ਭਾਈ ਜੀ, ਅਤੇ ਜਵੇਦ ਬਾਰਾ ਵੀ ਪਾਵਾਂ। ਹਾਂਜੀ, ਠੀਕ ਹੈ, ਇਹ ਜਵੇਦ ਭਾਈ ਜੀ ਆਪਣੇ ਉਸਤਾਦ ਅਯੂਬ ਦੇ ਖਲੀਫਾ ਨੇ, ਇਹ ਕੰਨੇ ਸਾਡੇ ਸੋਹਣੀ ਬਾਈ ਜੀ ਸਿਉੜੇ ਵਾਲੇ, ਇਹਨੇ ਸਨਮਾਨਿਤ ਕੀਤਾ ਜਾਂਦਾ, ਉਹਦੇ ਕੰਨੇ ਗੁੱਗੂ ਬਾਈ ਜੀ, ਇਹ ਗਾਇਨਸੂ ਮੜ ਬਲਾਕ ਦੇ, ਇਹ ਅਨਿਲ ਬਾਈ ਜੀ ਗਾਇਨਸੂ ਮੜ ਬਲਾਕ ਦੇ, ਇਹ ਸਾਬੀ ਸਰਬਨ ਕਲੇਰ ਪਾਰਟੀ ਤੋਂ, ਗੁਰਜੀਤ ਭਾਜੀ ਸਰਬਨ ਕਲੇਰ ਪਾਰਟੀ ਤੋਂ, ਇਹ ਸਾਡੇ ਲਾਡੀ ਭਾਈ ਜੀ ਨੇ ਮੜ ਬਲਾਕ ਤੋਂ ਭਾਈ। ਚਲੋ ਅੱਗੇ ਜੀ, ਪੱਖਾ ਲਾ ਲਾ ਹੁਣ, ਹੋਰ ਰਕੇਸ਼ ਆਓ, ਇਹ ਰਕੇਸ਼ ਭਾਅ ਜੀ ਇਹ ਸਥਾਨ ਦੇ ਸ਼ਗਿਰਦ ਨੇ, ਇਹ ਅੱਗੇ ਵਿਨੋਦ ਹੋਰ ਨੇ, ਜਗੀਰ ਹੋਰ ਕਿਹੜੀ ਪਾਰਟੀ ਤੋਂ, ਸਰਬਨ ਕਲੇਰ ਪਾਰਟੀ ਤੋਂ, ਭਾਅ ਜੀ ਦਾ ਨਾਮ ਮਨਜੀਤ ਸਿੰਘ, ਠੀਕ ਹੈ, ਕਿਹੜੀ ਪਾਰਟੀ ਤੋਂ, ਅੱਛਾ ਭਾਈ ਦੇ ਨਾਲ ਹੀ, ਠੀਕ ਹੈ, ਅੱਛਾ ਰਾਮਗੜ੍ਹ ਤੋਂ, ਕੀ ਨਾਮ ਭਾਈ ਦਾ, ਠੀਕ, ਥੈਂਕ ਯੂ।
ਯਾਰ ਗਰੂਰ ਕੈਂਪ ਜਿੱਥੇ ਘਰ ਘੱਟ ਤੇ ਜਾਲੇ ਮਤਲਬ ਲੱਭਾ ਲੈਣ ਕੋਠੇ ਹੋਰ नमस्कार अस्सलाम वालेकुम सत श्री अकाल सब भाइयों को जैसे आज मेरे भाई तेरे भाई ने स्क्रिप्ट दी है बहुत अच्छा किया है और स्क्रिप्ट बनाने से पहले मेरा भाई उनको समझो वो बंदा बनाने के लायक भी है या नहीं आजकल लोग ऑनलाइन बन जाते हैं तो मैं बोलता हूँ पहले उनको समझो उस लायक है भी है नहीं है तो बाद में कोई बात